ਨੰਗਲ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਲਗਾਤਾਰ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਕਈ ਵਿਅਕਤੀਆਂ ਨੂੰ ਨੰਗਲ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਨੰਗਲ ਪੁਲਿਸ ਨੇ ਇੱਕ ਵਿਅਕਤੀ ਨੂੰ 11 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਏਐਸਆਈ ਕੇਸ਼ਵ ਦੀ ਪਾਰਟੀ ਨੇ ਨਵਾਂ ਨੰਗਲ ਵਿਖੇ ਇੱਕ ਵਿਅਕਤੀ ਨੂੰ 11 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀ ਦਾ ਨਾਮ ਸੰਨੀ ਹੈ ਜੋ ਕਿ 588 ਜੀ ਬਲਾਕ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਰਿਹਾ ਸੀ ਅਤੇ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਪਾਸੋਂ 11 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੈ, ਜਿਸ ਦੇ ਤਹਿਤ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਇਹਦੇ ਕੋਲੋਂ ਜਿਹੜਾ ਹੈਗਾ ਕਰੀਬ 11 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਪਦਾਰਥ ਜਿਹੜਾ ਉਹ ਰਿਕਵਰ ਹੋਇਆ ਸੀ। ਠੀਕ ਹੈ ਜੀ, ਇਹ ਹੋਇਆ ਅਨਾਜ ਮੰਡੀ ਨੇੜੇ ਨਿਆ ਨੰਗਲ ਦੇ, ਉੱਥੋਂ ਆਪਾਂ ਇਹ ਰਿਕਵਰ ਕੀਤਾ ਹੈ। ਇਹ ਆ ਰਿਹਾ ਸੀ ਪੈਦਲ, ਅਤੇ ਸਾਡੀ ਜਿਹੜੀ ਟੀਮ ਹੈ ਏਐਸਆਈ ਕੇਸ਼ਵ ਕੁਮਾਰ ਅਤੇ 3 ਹੋਰ ਬੰਦੇ ਸੀ ਨਾਲ, ਹੋਮਗਾਰਡ ਦੇ ਸੀ 2। ਜਦੋਂ ਦੇਖਿਆ ਪੁਲਿਸ ਪਾਰਟੀ ਨੂੰ ਪਿੱਛੇ ਮੁੜਨ ਲੱਗਾ ਤਾਂ ਮਤਲਬ ਸਿੱਟਣ ਲੱਗਾ ਤਾਂ ਉਹਦੇ ਕੋਲੋਂ ਜਿਹੜਾ ਵਾਈਟ ਪਾਊਡਰ ਹੈ ਉਹ ਰਿਕਵਰ ਹੋਇਆ। ਇਹ ਪਹਿਲਾਂ ਆਪਾਂ ਨਸ਼ਾ ਛੁਡਾਊ ਕੇਂਦਰ ਤਾਂ ਭੇਜਿਆ ਸੀ ਜੀ, ਪਰ ਉਸ ਟਾਈਮ ਇੱਕ ਮੌਕਾ ਵੀ ਦਿੱਤਾ ਗਿਆ ਸੀ, ਪਰ ਹੁਣ ਰਿਕਵਰੀ ਹੋ ਗਈ ਜੀ। ਹਾਂਜੀ, ਇਹਦੇ ਕੋਲੋਂ ਜੀ 2285 ਦਾ NDPS ਐਕਟ ਦਾ FIR ਰਜਿਸਟਰਡ ਹੈ ਸਰ।